ਬੈਲੈਂਸਿੰਗ ਡਾਲ, ਲੱਕੜੀ ਦਾ ਟ੍ਰਾਈਪੋਡ ਸਟੈਂਡ, ਲੱਕੜੀ ਦੀ ਗੁੱਡੀ, ਲੱਕੜੀ ਦੀਆਂ ਦੋ ਲੰਬੀਆਂ ਬਾਹਾਂ ਅਤੇ ਭਾਰ, ਲੰਬੀਆਂ ਬਾਹਾਂ ਜਿਨ੍ਹਾਂ ਦੇ ਇੱਕ ਇੱਕ ਸਿਰੇ 'ਤੇ ਲੱਕੜੀ ਦੇ ਭਾਰ ਲੱਗੇ ਹਨ, ਉਹਨਾਂ ਨੂੰ ਲੱਕੜੀ ਦੀ ਗੁੱਡੀ ਦੇ ਛੇਕਾਂ ਵਿੱਚ ਲਗਾਓ। ਗੁੱਡੀ ਦੀ ਹੇਠਲੀ ਨੋਕ ਨੂੰ ਸਟੈਂਡ ਉੱਪਰ ਟਿਕਾਓ। ਗੁੱਡੀ ਨੂੰ ਹਿਲਾਉਣ 'ਤੇ ਇਹ ਗੋਲ ਗੋਲ ਘੁੰਮਣ ਲੱਗ ਜਾਵੇਗੀ। ਇਹ ਗੁੱਡੀ ਇਸ ਤਰ੍ਹਾਂ ਸੰਤੁਲਿਤ ਹੋ ਜਾਂਦੀ ਹੈ ਕਿ ਸਟੈਂਡ ਉੱਪਰੋਂ ਡਿੱਗੇਗੀ ਨਹੀਂ। ਜੇ ਤੁਸੀਂ ਬਾਂਹ ਉੱਤੇ ਇੱਕ ਜ਼ੋਰ ਨਾਲ ਝਟਕਾ ਮਾਰੋਗੇ ਤਾਂ ਗੁੱਡੀ ਬਹੁਤ ਦੇਰ ਤੱਕ ਨੱਚਦੀ ਰਹੇਗੀ।